ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਲੁਧਿਆਣਾ ਕ੍ਰਾਈਮ ਬ੍ਰਾਂਚ 3 ਵੱਲੋਂ 40 ਕਰੰਸੀ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੈਂਬਰਾਂ ਨੂੰ 22,60,000 ਰੁਪਏ ਦੀ ਜਾਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਲੁਧਿਆਣਾ ਦੇ DCP ਇਨਵੈਸਟੀਗੇਸ਼ਨ SPS ਢੀਂਡਸਾ ਨੇ ਦੱਸਿਆ ਕਿ ਪੁਲਿਸ ਨੇ ਵਿੱਕੀ ਅਤੇ ਸਾਹਿਲ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਅਰੋੜਾ ਘੱਟ ਲਾਈਟਾਂ ਸ਼ਿਮਲਾਪੁਰੀ ਤੋਂ ਕਾਬੂ ਕੀਤਾ ਹੈ। ਜਿਨ੍ਹਾਂ ਪਾਸੋਂ ਪੁਲਿਸ ਨੇ 9,17,000 ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ, ਜਦਕਿ ਇਹਨਾਂ ਦੀ ਨਿਸ਼ਾਨਦੇਹੀ 'ਤੇ ਵਿੱਕੀ ਦੇ ਘਰੋਂ ਛਾਪੇਮਾਰੀ ਕਰਕੇ 13,43,000 ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਕ ਉਕਤ ਦੋਸ਼ੀ ਛੱਤੀਸਗੜ੍ਹ ਦੇ ਰਹਿਣ ਵਾਲੇ ਨਰੇਸ਼ ਕੁਮਾਰ ਦੇ ਰਾਹੀਂ ਕਰੰਸੀ ਦੀ ਡੀਲਿੰਗ ਕਰਦੇ ਸਨ। ਉਹਨਾਂ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਯੂਟਿਊਬ ਤੋਂ ਵੀਡੀਓ ਦੇਖ ਕੇ ਹੀ ਕਰੰਸੀ ਬਣਾਈ ਜਾ ਰਹੀ ਸੀ। ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਇੱਕ ਫੇਕ ਕਰੰਸੀ ਦਾ ਰੈਕਰਡ ਬਸ ਕਰਨ 'ਚ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ। ਲੁਧਿਆਣਾ ਦੇ CIA 3 ਦੀ ਟੀਮ ਨੇ ਔਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇੱਕ ਜੁਆਇੰਟ ਆਪਰੇਸ਼ਨ 'ਚ ਦੋ ਬੰਦੇ ਫੜੇ ਨੇ, ਜਿਨ੍ਹਾਂ 'ਚ ਇੱਕ ਵਿੱਕੀ ਔਰ ਦੂਸਰਾ ਸਾਹਿਲ, ਜਿਨ੍ਹਾਂ ਤੋਂ ਕਿ ਪਹਿਲਾਂ ਇਨੀਸ਼ਲੀ 9 ਲੱਖ ਦੇ ਕਰੀਬ ਫੇਕ ਕਰੰਸੀ ਉਹਨਾਂ ਤੋਂ ਰਿਕਵਰ ਹੋਈ। ਬਾਅਦ ਜਦ ਇਹਨਾਂ ਦੇ ਘਰਾਂ 'ਤੇ ਜਾ ਕੇ ਸਰਚ ਕੀਤੀ ਗਈ, 13 ਲੱਖ ਦੀ ਹੋਰ ਮਿਲੀ। ਟੋਟਲ 22,60,000 ਦੀ ਫੇਕ ਕਰੰਸੀ ਡਿਫਰੈਂਟ ਡਿਨੋਮੀਨੇਸ਼ਨ 'ਚ 2,000 ਦੇ ਨੋਟ ਵੀ ਨੇ, 5,000 ਦੇ ਨੋਟ ਵੀ ਨੇ। ਇਹ ਲੋਕ ਘਰੇ ਹੀ ਪ੍ਰਿੰਟ ਕਰਦੇ ਸੀ, ਇਹਨਾਂ ਨੇ ਆਪਣਾ ਪ੍ਰਿੰਟਰ ਇੰਸਟਾਲ ਕੀਤੇ ਹੋਏ ਸੀ, ਤਰ੍ਹਾਂ ਤਰ੍ਹਾਂ ਦੀਆਂ ਇੰਕਸ ਰੱਖੀਆਂ ਹੋਈਆਂ ਸੀਗੀਆਂ। ਉਹ ਸਾਰੀ ਇਹਨਾਂ ਦਾ ਇਕੁਇਪਮੈਂਟ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ। ਇਹਨਾਂ ਨੇ ਇਨਫੈਕਟ ਇਹ ਯੂਟਿਊਬ ਤੋਂ ਸਿੱਖਣਾ ਸ਼ੁਰੂ ਕੀਤਾ ਸੀਗਾ। ਉੱਥੇ ਇਹਨਾਂ ਦਾ ਕੰਟੈਕਟ, ਉਹਨਾਂ ਦੇ ਯੂਟਿਊਬ ਦੇ ਇੱਕ ਕਿਸੇ ਵੀਡੀਓ ਨੂੰ ਫੋਲੋ ਕਰ ਰਹੇ ਸੀ ਤਾਂ ਉਹਦੇ ਕਮੈਂਟ ਸੈਕਸ਼ਨ 'ਚ ਇਹਨਾਂ ਦਾ ਅੱਗੇ ਕੰਟੈਕਟ, ਇੱਕ ਕੋਈ ਛੱਤੀਸਗੜ੍ਹ ਦਾ ਇੱਕ ਬੰਦਾ ਉਹਦੇ ਨਾਲ ਕੰਟੈਕਟ, ਉਹਨੇ ਆਪਣਾ ਨੰਬਰ ਉੱਥੇ ਪਾਇਆ ਹੋਇਆ ਸੀ ਇਹਨਾਂ ਦੇ। ਉਹਦੇ ਛੱਤੀਸਗੜ੍ਹ ਵਾਲੇ ਨਾਲ ਕੰਟੈਕਟ ਕਰਕੇ ਅਤੇ ਉਹਦੇ ਨਾਲ ਅੱਗੇ ਉਹ ਤੋਂ ਗਾਈਡਲਾਈਨਸ ਲੈਣ ਲੱਗ ਗਏ। ਉਹ ਬੰਦੇ ਨੇ ਇਹਨੂੰ ਅੱਗੇ ਦੱਸਣਾ ਸ਼ੁਰੂ ਕੀਤਾ ਵੀ ਕੰਟੈਕਟ ਇਹਨਾਂ ਦੱਸਣੇ ਕਿ ਮੈਂ ਤੁਹਾਨੂੰ ਕਿਸ ਬੰਦੇ ਨੂੰ ਅੱਗੇ ਵੇਚਣੀ ਹੈ, ਅਤੇ ਉਹਦੇ ਥਰੂ ਇਹਨਾਂ ਨੇ ਵੇਚਣੀ ਵੀ ਸ਼ੁਰੂ ਕੀਤੀ ਕਰੰਸੀ ਬਣਾ ਕੇ। ਇਹ ਹੁਣ ਤੱਕ 4 ਡੀਲਸ ਇਹੋ ਜਿਹੀਆਂ ਕਰ ਚੁੱਕੇ ਸੀਗੇ, ਜਿਹਦੇ ਵਿੱਚ ਇਹਨਾਂ ਨੇ ਅਰਾਊਂਡ ਕੋਈ ਇਹਨਾਂ ਦੇ ਦੱਸਣ ਮੁਤਾਬਕ ਵੀ ਇਹਨਾਂ ਨੇ 5 ਲੱਖ ਦੇ ਕਰੀਬ ਦੀ ਕਰੰਸੀ ਇਹਨਾਂ ਨੇ ਅੱਗੇ ਸੇਲ ਆਊਟ ਕੀਤੀ ਹੈ, ਵੇਚੀ ਹੈ ਫੇਕ ਕਰੰਸੀ। ਨਹੀਂ, ਪਹਿਲਾਂ ਇਹਨਾਂ ਦਾ ਕੋਈ ਬੈਕਗਰਾਊਂਡ ਇਹੋ ਜਿਹੀ ਨਜ਼ਰ ਹਜੇ ਤੱਕ ਨਹੀਂ ਸਾਹਮਣੇ ਆਈ, ਪਹਿਲਾਂ ਇਹਨਾਂ ਦਾ ਕੋਈ ਮਾਮਲਾ ਦਰਜ ਨਹੀਂ। ਇਹਨਾਂ ਨੇ ਸ਼ਾਰਟਕੱਟ ਜਲਦੀ ਪੈਸਾ ਕਮਾਉਣ ਦੀ ਚਾਹ ਨੇ, ਇਹਨਾਂ ਨੂੰ ਇਸ ਰਾਹ 'ਤੇ ਇਹਨਾਂ ਇਹ ਸ਼ੁਰੂ ਹੋ ਗਏ ਵੀ ਜਲਦੀ ਅਸੀਂ ਪੈਸੇ ਪ੍ਰਿੰਟ ਕਰਕੇ ਵੇਚਣੇ ਸ਼ੁਰੂ ਕਰ ਦਈਏ, ਅਤੇ ਉਹਦੇ 'ਚ ਅਸੀਂ ਹੁਣ ਇਹਨਾਂ ਥੋਰੋ ਰਿਮਾਂਡ ਲੈ ਕੇ ਫਰਦਰ ਵੀ ਜਿੱਥੇ ਜਿੱਥੇ ਇਹਨਾਂ ਦੀਆਂ ਕੋਈ ਡੀਲਸ ਹੋਈਆਂ ਨੇ ਉਹਨਾਂ ਨੂੰ ਵੀ ਅਨਰਥ ਕਰਾਂਗੇ, ਉਹ ਵੀ ਸਾਰਿਆਂ ਨੂੰ ਨੈਟਵਰਕ ਨੂੰ ਬ੍ਰੇਕ ਕਰਾਂਗੇ, ਔਰ ਪਲੱਸ ਜਿਹੜਾ ਛੱਤੀਸਗੜ੍ਹ 'ਚ ਵੀ ਇਹਨਾਂ ਦਾ ਕੋਈ ਕੰਟੈਕਟ ਅਸੀਂ ਉਹਨਾਂ ਦੀ ਕੰਸਰਨ ਸਟੇਟ ਨਾਲ ਵੀ ਟਾਈ ਅਪ ਕਰਕੇ ਅਤੇ ਉਸ ਬੰਦੇ ਤੱਕ ਵੀ ਪਹੁੰਚਾਂਗੇ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।